ਖਾਣ ਲੱਗੇ ਨੇਲ ਪੇਂਟ ਪਸੰਦ ਕਰਨ ਲੱਗੇ ਖਾਣ ਲੱਗਾ ਸ਼ਕਰਗੰਦੀ ਇਹ ਚੰਗੀ ਹੁੰਦੀ ਕਹਿੰਦੇ ਸਿਹਤ ਲਈ ਹੈਗੀ ਮੇਕਅਪ ਕਿੱਟ ਕਿਉਂ ਇਹ ਤਾਂ ਭਾਈਆ ਜਿੰਦਾਬਾਦ ਕਿ ਨਹੀਂ ਬਹਿਜਾ ਬਹਿਜਾ ਕਰਾਤੀ ਆ ਉੱਦਾਂ ਟਿੱਪ ਟੁੱਪਾਂ ਲੱਗੀਆਂ ਲਾ ਦੇਣੀਆਂ ਵੇ ਜੀ ਇਹ ਸ਼ੇਰਾ ਮੈਂ ਕਿਹਾ ਇੱਕ ਵਾਰੀ ਆ ਸਾਰਾ ਸਮਾਨ ਕਢਾ ਦਈਏ ਇੱਥੇ ਰੱਖ ਦਈਏ ਦੁਕਾਨ 'ਤੇ ਐਂ ਤਾਂ ਆਈਏ ਕੱਢਦੇ ਕੱਢਦੇ ਤੁਹਾਡੇ ਸਾਰੇ ਜਾਣੇ ਦੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਸਲੂਨ ਦੀ ਓਪਨਿੰਗ ਕਦੋਂ ਕਰ ਰਹੇ ਹੋ ਬਹੁਤ ਜਲਦੀ ਕਰਾਂਗਾ ਬਸ ਕੁਝ ਕੁ ਦਿਨਾਂ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਬਸ ਚਾਹ ਪੁੱਛ ਚਾਹ ਰੋਟੀ ਰੋਟੀ ਪੁੱਛ ਲਾ ਰੋਟੀ ਇੱਕ ਵਾਰੀ ਪੁੱਛ ਲਾ ਨਾ ਪਤਾ ਤੈਨੂੰ ਇਸ਼ਾਰਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਇਹਦੇ ਨਾਲ ਵਲੋਗ ਦੇ ਵਿੱਚ ਅਤੇ ਮੈਂ ਸਲੂਨ ਤੋਂ ਆ ਗਿਆ ਹੁਣ ਥੋੜ੍ਹਾ ਜਾਣਾ ਆਪਾਂ ਅੰਮ੍ਰਿਤਸਰ ਕਿਉਂਕਿ ਉੱਥੋਂ ਥੋੜ੍ਹਾ ਮੇਕਅਪ ਕਿੱਟ ਕੇ ਪਤਾ ਨਹੀਂ ਕੀ ਸਮਾਨ ਲੈਣ ਵਾਸਤੇ ਜਾਣਾ ਨਾਲ ਭਾਬੀ ਹੋਣੀ ਜਾਣਗੇ ਅਤੇ ਨਾਲ ਮੇਰੇ ਸੰਦੀਪ ਜਾਊਗੀ ਅਤੇ ਹੁਣ ਚੱਲੇ ਹਾਂ ਬਸ ਆਪਾਂ ਘਰੋਂ ਲੱਗੇ ਨਿਕਲਣਾ ਹਰ ਕੋਈ ਦਾ ਸਿਰ ਵਾਹੁਣ ਡੀ ਆ ਸੰਦੀਪ ਬਸ ਅਤੇ ਮੈਂ ਸਲੂਨ ਤੋਂ ਆ ਗਿਆ ਮੈਂ ਹੁਣ ਹੋ ਗਿਆ ਵਾਂ ਰੈਡੀ ਅਤੇ ਪਰਨਾ ਇਹੋ ਚਲਾ ਦੇਣਾ ਹਾਲ ਗੇਟ ਜਾਣਾ ਨਾਲੇ ਵਾਲਪੇਪਰ ਲੈ ਕੇ ਆਉਣੇ ਉੱਥੋਂ ਹੋਰ ਥੋੜ੍ਹਾ ਸਮਾਨ ਲਿਆਉਣਾ ਆ ਵੈਰਮ ਦਾ ਸਮਾਨ ਬਹੁਤ ਲਿਖਿਆ ਉਹ ਲੈ ਆਈਏ ਆਪਾਂ ਲਾਈਟਾਂ ਲੂਟਾਂ ਜਿੰਨੀਆਂ ਸਾਰੀਆਂ ਸਲੂਨ 'ਚ ਲੱਗਣੀਆਂ ਜਿਹੜੀਆਂ ਆ ਗਈ ਕਿੰਨੀ ਠੰਡ ਹੋਣਾ ਹੈ ਸੰਦੀਪ ਨੇ ਅੱਜ ਟਰੈਕ ਸੂਟ ਪਾਇਆ ਬਸ ਕਲਰ ਚੇਂਜ ਆ ਅੱਜ ਉਹਦਾ ਧੁੱਪ ਲੱਗ ਗਈ ਹਾਏ ਗਰਮੀ ਤਾਂ ਨਾ ਲੱਗੂਗੀ ਲੋਕ ਮੈਂ ਹੱਸਣ ਚੱਲੇ ਆ ਹੁਣ ਆਪਾਂ ਘਰੋਂ ਨਿਕਲ ਗਏ ਚੱਲੀਏ ਮੇਰੀ ਹਰਕਤ ਸੋਹਣੀ ਲੱਗਦੀ ਨਾ ਹਾਏ ਹੋਏ ਮੇਰਾ ਪੁੱਤ ਤਾਂ ਹੈ ਹੀ ਸੋਹਣਾ ਉਹਦੇ ਇਹ ਤੇ ਸਾ ਹੈ ਹੀ ਸੋਹਣਾ ਅਤੇ ਇਹ ਤਾਂ ਗੰਦਾ ਹੈ ਹੀ ਨਹੀਂ ਅਤੇ ਇਹ ਤਾਂ ਗੰਦਾ ਹੈ ਹੀ ਨਹੀਂ ਅਤੇ ਹੈ ਹੀ ਸੋਹਣਾ ਕਾਪੀ ਨੇ ਹੁਣ ਪਾੜਨੀ ਵੀ ਉਹ ਵੇਖ ਲਈ ਕਾਪੀ ਨੇ ਆਪ ਇਹਦਾ ਇਹਨੂੰ ਚਾਹੀਦੀ ਬਸ ਆ ਬਾਏ ਮੈਂ ਅੰਮ੍ਰਿਤਸਰ ਪਹੁੰਚ ਗਿਆ ਅਤੇ ਵਾਲਪੇਪਰ ਡੇ ਲੈਣਾ ਉਹ ਇੱਕ ਆਵ ਆ ਲਓ ਬਸ ਸਪੈਸ਼ਲ ਇਹਨਾਂ ਕਰਕੇ ਅੰਮ੍ਰਿਤਸਰ ਆਏ ਕੰਮ ਘਾਟਾ ਹੀ ਹੋ ਗਿਆ ਅਤੇ ਉਸ ਦਿਨ ਫਿਰ ਵੀ ਮੈਂ ਵੱਧ ਖੜੇ ਪਰ ਫਿਰ ਵੀ ਨਾ ਥੋੜ੍ਹਾ ਕੰਮ ਛਿੜ ਪਿਆ ਨਾ ਹੋਰ ਹਾਏ ਕਿੰਨੇ ਹੋ ਗਏ ਭਲਾ ਇਹ ਤਿੰਨ ਤਾਂ ਦੋ ਪੰਜ ਬੜੇ ਆ ਬੜੇ ਆ ਬਹੁਤ 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 ਹੁਣ ਤਾਂ ਵਾਧੂ ਹੋ ਗਏ ਗੇ ਹੁਣ ਕਰ ਦਿਓ ਬੰਦ ਪਸੰਦ ਇੱਧਰੋਂ ਮੈਟ ਪਰ ਇੱਥੋਂ ਨਹੀਂ ਖੜਿਆ ਸੀ ਦੂਜੀ ਦੁਕਾਨ ਤੋਂ ਖੜਿਆ ਹੈਗਾ ਇਹ ਸਾਰਾ ਕਢਾ ਲਿਆ ਬਿਜਲੀ ਦਾ ਸਮਾਨ ਅਤੇ ਇਹ ਅੰਕਲ ਦੱਸਦੇ ਆ ਵੀ ਸਾਹਮਣੇ ਮਹਾਰਾਜ ਰਣਜੀਤ ਸਿੰਘ ਵੇਲੇ ਜੀ ਨਾ ਕਚਹਿਰੀ ਹੁੰਦੀ ਸੀ ਸਾਹਮਣੇ ਆ ਜਿਹੜੀ ਇਹ ਹਾਲ ਗੇਟ 'ਚ ਆ ਗਈ ਹੈ ਨਾ ਇਹ ਰਾਮਬਾਗ ਚੌਂਕ ਰਾਮਬਾਗ ਚੌਂਕ ਠੀਕ ਹੈ ਸਹੀ ਹੈ ਇਹ ਕੈਮਰੇ ਲਏ ਹੋਏ ਇੱਕ ਵਿਜ਼ਨ ਦੇ ਕੈਮਰੇ ਕਹਿੰਦੇ ਵੀ ਠੀਕ ਹੁੰਦੇ ਆ ਮਾਡਲ ਇਹ ਜ਼ਿਆਦਾ ਚੱਲਦਾ ਆ ਇਹ ਵਾਲੇ ਲੈ ਲਏ ਆ ਅਤੇ ਹੁਣ ਇੱਕ ਲੈ ਲਾਂਗੇ ਗੀਜ਼ਰ ਅਤੇ ਫਿਲਟਰ ਵੀ ਲੈ ਲਾਂਗੇ ਨਾਲ ਹੀ ਆਹ ਵਾਲਾ ਸਮਾਨ ਕੱਢ ਲਿਆ ਆਪਣਾ ਅਜੇ ਪਰ ਕੱਲ੍ਹ ਨੂੰ ਬਾਕੀ ਆਉਣਾ ਥੋੜ੍ਹਾ ਸਮਾਨ ਡਿੱਗੀ ਦੇ ਨਾਲ ਨਾ ਡਿੱਗੀ ਬੰਦ ਨਹੀਂ ਜੀ ਹੋਣੀ ਠੀਕ ਜੇ ਬਿਜਲੀ ਦਾ ਸਮਾਨ ਆਪਾਂ ਸਾਰਾ ਲੈ ਲਿਆ ਅਤੇ ਹੁਣ ਮੇਕਅਪ ਦਾ ਸਮਾਨ ਲੈਣਾ ਹੈ ਸੰਦੀਪ ਅਤੇ ਭਾਬੀ ਜੀ ਅੱਗੇ ਅੱਗੇ ਜਾ ਰਹੇ ਨੇ ਸੂਟ ਇਹਨੂੰ ਤਿਲਕਣਾ ਜਿਹਾ ਪਾਇਆ ਅਤੇ ਹੱਥ ਦੇ ਵਿੱਚ ਖਿਸਕਦੀ ਜਾਂਦੀ ਹਰ ਕੋਈ
ਮਾਰਕੀਟ ਚ ਆਪਾਂ ਭਾਬੀ ਨੂੰ ਦੁਕਾਨ ਨੀ ਅੱਜ ਲੱਭਣ ਡਈ ਫਰੰਟ ਵਾਲੀ ਸਾਈਡ ਦਾ ਨੀ ਅੱਗੇ ਇੱਧਰ ਸ਼ੋਪ ਨੀ ਲੱਭਣੀ ਹੁਣ ਲੱਗੀ ਹੈ ਲੱਭਣ ਕਹਿੰਦੇ ਵੀ ਆਹ ਵਾਲੀ ਮਾਰਕੀਟ ਦੇ ਦੂਜੀ ਸਾਈਡ ਆ ਇੱਧਰ ਗਲੀ ਖਾਣੀ ਹੋਣਾ ਇੱਧਰੋਂ ਅੱਗੇ ਜਾ ਕੇ ਜਿੱਧਰੋਂ ਸਰਦਾਰ ਵੀਰ ਨਹੀਂ ਆਉਂਦੇ ਉੱਧਰ ਨੂੰ ਅੱਗੇ ਸ਼ੋਪ ਲੱਭ ਗਈ ਭਾਬੀ ਹੋਣੀ ਕਢਵਾਉਣ ਡੇ ਨੇ ਸਮਾਨ ਅਤੇ ਆਪਾਂ ਦੋਨੋਂ ਬਾਹਰ ਆ ਗਏ ਕਿਉਂਕਿ ਸ਼ੋਪ ਬੜੀ ਛੋਟੀ ਜਿਹੀ ਆ ਲੰਮੀ ਲੰਮੀ ਆ ਅਤੇ ਉਹ ਬੜਾ ਮੁਖਲੋਤਾ ਬੈਠਣ ਜਾਣਾ ਨਾਲੇ ਆਹ ਨਾ ਤੰਗ ਬੜਾ ਕਰਨ ਡੇ ਕਦੀ ਸਮਾਨ ਬਾਹਰ ਸੁੱਟਦੀ ਕਦੀ ਕੁਛ ਕਰਦੀ ਕਦੀ ਕੁਛ ਅਤੇ ਇੱਥੋਂ ਹੁਣ ਖਾ ਲਾਂਗੇ ਨਿਊਟਰੀ ਕੁਲਚਾ ਭੁੱਖ ਲੱਗੀ ਆ ਹੈ ਕੀ ਖਾਣਾ ਧੀ ਨੇ ਕੁਲਚਾ ਹੋਮਸ ਕਰਵਾ ਲੈਣਾ ਆਪਣੇ ਕਿਉਂਕਿ ਸੰਦੀਪ ਦੇ ਫੇਵਰੇਟ ਹੋ ਹੀ ਗਏ ਕੁਲਚਾ ਜਾਂ ਕੀ ਨਿਊਟਰੀ ਕੁਲਚਾ ਅਤੇ ਮੈਂ ਇੱਥੋਂ ਮੋਮਸ ਕਰਾ ਲੈਣੇ ਆਪਣੇ ਹਾਂਜੀ ਹਰਗੁਨ ਨੇ ਵੀ ਨਹੀਂ ਖਾਧੇ ਇੱਧਰ ਆ ਗਏ ਆਪਣੇ ਮੋਮਸ ਹਰਗੁਨ ਮੋਮਸ ਵਧੀਆ ਲੱਗੇ ਖਾਣ ਡੀ ਹੈ ਖਾਣ ਲੱਗਾ ਸ਼ਕਰਗੰਦੀ ਇਹ ਚੰਗੀ ਹੁੰਦੀ ਕਹਿੰਦੇ ਸਿਹਤ ਲਈ ਇਹ ਖਾਣੀ ਚਾਹੀਦੀ ਹੈ ਆਹ ਸੰਘਾੜੇ ਮੈਂ ਤਾਂ ਆਹ ਕਦੇ ਮੂੰਹ ਨਹੀਂ ਲਾ ਕੇ ਇਹ ਨਹੀਂ ਚੰਗੇ ਲੱਗਦੇ ਇੱਧਰ ਸੰਦੀਪ ਜੀ ਮੇਕਅਪ ਕਿੱਟ ਬੋਕਸ ਬਣੇ ਹੋਏ ਆ ਹੁਣ ਲੱਗੇ ਨੇਲ ਪੇਂਟ ਪਸੰਦ ਕਰਨ ਲੱਗੇ ਲੈ ਵੀ ਸਮਾਨ ਆਪਾਂ ਲੈ ਲਿਆ ਹੁਣ ਘਰੇ ਜਾ ਰਹੇ ਹਾਂ ਇਹ ਆਪਣਾ ਸਮਾਨ ਸਾਰਾ ਜੀ ਓਏ ਹੋਏ ਹੋਏ ਜੋ ਇੱਥੇ ਬਹੁਤ ਟਾਈਮ ਲੱਗਾ ਜੀ 6:30 ਹੋ ਗਏ ਆ ਜਦੋਂ ਆਏ ਸੀ ਉਦੋਂ ਕਾਫੀ ਰਸ਼ ਸੀ ਹੁਣ ਰਸ਼ ਘੱਟ ਗਿਆ ਸਾਰਾ ਸਮਾਨ ਲੈਣ ਦਾ ਵਾ ਪਹੁੰਚ ਗਏ ਹਾਂ ਦੁਕਾਨ 'ਤੇ ਅਤੇ ਹੁਣ ਸਮਾਨ ਤੁਹਾਨੂੰ ਦਿਖਾਉਂਦੇ ਹਾਂ ਘਰੋਂ ਚੱਕ ਜਰਾ ਗੱਡੀ ਭਰੀ ਕਿ ਨਹੀਂ ਪੂਰੀ ਵੇ ਤੁਹਾਨੂੰ ਹੋਈ ਪਈ ਹੈ ਚਲੋ ਜੀ ਲੈ ਵੀ ਠੀਕ ਜੀ ਕਿੱਦਾਂ ਹਾਂ ਠੀਕ ਬਣ ਗਿਆ ਠੀਕ ਨਹੀਂ ਲੱਸੀ ਜੀ ਅੱਛਾ ਮੈਂ ਆਹ ਡੇ ਲਾਉਣ ਸਹੀ ਹੈ ਕੀ ਹਾਲ ਭਾਅ ਜੀ ਠੀਕ ਹੋ ਚਿੰਕਲ ਭਾਅ ਜੀ ਕੀ ਹਾਲ ਜੇ ਚਲੋ ਵਧੀਆ ਜੀ ਵਾਹ ਵਧੀਆ ਚਿੰਕਲ ਨਹੀਂ ਲੈ ਲੈ ਕੰਮ ਕਰਨ ਲੈ ਵੀ ਠੀਕ ਆ ਚਲ ਵਧੀਆ ਵਧੀਆ ਲਾ ਤਾ ਲੈ ਕਲਰ ਸਹੀ ਆ ਗਿਆ ਨਾ ਹਾਂ ਹਾਂ ਇੱਥੇ 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 ਤਾਂ ਹੀ ਤੁਹਾਨੂੰ ਦੱਸਿਆ ਕਿਉਂ ਇਹਦੇ ਭਾਈਆ ਜਿੰਦਾਬਾਦ ਕਿ ਨਹੀਂ ਵੇ ਬਹਿ ਜਾ ਕਰਾਤੀ ਆ ਉੱਦਾਂ ਟਿੱਪ ਟੁੱਪਾਂ ਲੱਗੀਆਂ ਲਾ ਦੇਣੀਆਂ ਵੇ ਜੀ ਇਹ ਸ਼ੇਰਾ ਨਜ਼ਾਰੇ ਮਨ ਤੇ ਯਾਰ ਐਵੇਂ ਅੱਖਾਂ ਬਹੁਤ ਵਧੀਆ ਮੈਂ ਕਿਹਾ ਇੱਕ ਵਾਰੀ ਆ ਸਾਰਾ ਸਮਾਨ ਕਢਾ ਦਈਏ ਇੱਥੇ ਰੱਖ ਦਈਏ ਦੁਕਾਨ 'ਤੇ ਐਂ ਤਾਂ ਆਈਆਂ ਕੱਢਦੇ ਕੱਢਦੇ ਆਹ ਲੈ ਕੋਈ ਨਹੀਂ ਮੈਂ ਬਾਕੀ ਅੱਧਾ ਲਿਆਉਂਦਾ ਮੈਂ ਆ ਤੇ ਮੈਂ ਹਾਂ ਆਪਾਂ ਬੜੇ ਚਿਰ ਦੇ ਗਏ ਆਪਾਂ ਸਲੂਨ ਡੈ ਪਏ ਵੇਖੋ ਇਹਨੂੰ ਖਾ ਲਿਆ ਉੱਧਰੋਂ ਭਾਬੀ ਹੋਣਾਂ ਨੂੰ ਖਾਇਆ ਉਹ ਵੀ ਕਹਿੰਦੀ ਠੀਕ ਆ ਵੀ ਆਹ ਲਿਆਉਂਦਾ ਸਮਾਨ ਰੋਣ ਡੇ ਜੀ ਪਤਾ ਨਹੀਂ ਕਿਵੇਂ ਰੋਣ ਦੀ ਮੈਂ ਦਵਾਈ ਲੈ ਕੇ ਆਉਂਦੇ ਹੁਣ ਅੱਜ ਬੁਖਾਰ ਜਿਹਾ ਹੈਗਾ ਅਤੇ ਜ਼ੁਕਾਮ ਬਹੁਤ ਜ਼ਿਆਦਾ ਆ ਯਕਦਮ ਹੋਇਆ ਸਿਹਤ ਜੀ ਡਾਊਨ ਕੀ ਗੱਲ ਆ ਤੀਨੂੰ ਤੀਨੂੰ ਕੀ ਗੱਲ ਸੀ ਤੀਨੂੰ ਕੀ ਗੱਲ ਸੀ ਖੋਦ ਖੋਦ ਖੋਦਾ ਨੀ
ਖੋਦਾ ਨੀ ਕੋਈ ਖੋਦੋ ਕੋਈ ਦਾਦਾ ਖੋਦੋ ਖੋਦਾ ਨੀ ਬੰਦ ਕਰ ਦੋ ਬੰਦ ਕਰ ਦੋ ਬੰਦ ਕਰ ਦੋ ਧੀਏ ਬੰਦ ਕਰ ਦੋ ਬੰਦ ਕਰ ਦੋ ਇਹ ਬੰਦ ਕਰ ਦੇ ਇਹਨੇ ਥੱਲੇ ਪਤਾ ਨੀ ਕੀ ਸੁੱਟਤਾ ਇਹ ਬੰਦ ਹੀ ਨੀ ਹੋਣ ਡਿਆ ਹੁਣ ਗੱਡੀ ਆ ਚੱਲ ਲਿਆ ਜਾ ਗੱਡੀ ਪਰ ਹੁਣ ਕਰ ਧੀ ਨੂੰ ਗੱਡੀ ਕੱਢਦੀ ਹੈ ਧੀ ਨੂੰ ਧੀ ਨੂੰ ਤਰਸਾਉਣਾ ਨੀ ਗੱਡੀ ਹੋਰ ਕੱਢ ਦਿੰਦੇ ਕੋਈ ਗੱਲ ਖੋਲ ਤੁੱਕ ਧੀ ਨੂੰ ਗੱਡੀ ਕੱਢ ਦਿੰਦੇ ਆ ਆ ਆ ਗੱਡੀ ਅੱਛਾ ਲੈ 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 ਧੀ ਗੱਡੀ ਧੀ ਦੀ ਗੱਡੀ ਓ ਬਸ ਬੰਦ ਕਰ ਦੋ ਚਲੋ ਜੀ ਚਲੋ ਬਸ ਇਹ ਹੀ ਆ ਚਾਦਰ ਨੂੰ ਕੀ ਕੀਤਾ ਜੀ ਆ ਚਾਦਰ ਨੂੰ ਸੁੱਟੀ ਸੰਦੀਪ ਲੈਪਟਾਪ ਚਲਾਉਣ ਡੀ ਚੱਲ ਮੇਰਾ ਪੁੱਤ ਮੂਵੀ ਡੀ ਵੇਖਣ ਇੰਨੀ ਪੁਰਾਣੀ ਹੋ ਗਈ ਇਹਨੂੰ ਹੁਣ ਚੇਤਾ ਆ ਗਈ ਜਾਲੀ ਭਰੀ ਆ ਸਾਰੀ ਹੈ ਗੰਦ ਨਾ ਮਾੜਾ ਮੋਟਾ ਵੇਖ ਲਈਦਾ ਕੰਮ ਧੰਦਾ ਸਾਰਾ ਹੀ ਬੁੱਢੇ ਹੋ ਗਏ ਪਰ ਹੁਣ ਥੱਕ ਜਾਈਦਾ ਨਾਲ ਹੋਰਨਾਂ ਨੂੰ ਥਕਾ ਦਿੰਦੇ ਹੋਰਨਾਂ ਹੁਣ ਚੋਪੜੀਆਂ ਖਾਣੀਆਂ ਬਸ ਥੱਕਣਾ ਉੱਥੇ ਕੰਮ ਗੰਦ ਖਾਈ ਜਾਓ ਆ ਵੇਖ ਰੰਗ ਹੀ ਇੱਦਾਂ ਦਾ ਕਹਿੰਦਾ ਗੰਦ ਕਾਲਾ ਗੰਦ ਭਰਿਆ ਰੰਗ ਇੱਥੇ ਆ ਜਾਲੀ ਸਾਫ਼ ਹੁੰਦੀ ਬੜੇ ਅੱਗੇ ਦੇ ਟੱਪਾਂ ਦੇ ਹਿਸਾਬ ਨਾਲ ਬੜਾ ਗੰਦ ਨਿਕਲਿਆ ਕਿਤੇ ਹਾਏ ਹਾਏ ਇੱਕਦਮ ਕਾਲਖ ਜਿੱਦਾਂ ਘੋਲ ਕੇ ਪਾਈ ਹੁੰਦੀ ਉਦੋਂ ਬਣਾਇਆ ਨੀ ਬਲੌਗ ਉਦੋਂ ਮੈਂ ਵੀ ਕੋਠੇ ਤੇ ਪਾਏ ਮਿਲਿਆ ਚੱਲਿਆ ਬਾਜ਼ਾਰ ਕੁਛ ਖਾਣ ਨੂੰ ਕਹਿੰਦੇ ਵੀ ਜਦੋਂ ਦਿਲ ਕਰਦਾ ਉਹਨੂੰ ਖਾ ਲੈਣੀ ਚਾਹੀਦੀ ਹੈ ਚੀਜ਼ ਅਤੇ ਮੈਂ ਫਿਰ ਆਪਣੇ ਮਨ ਨੂੰ ਕਿਉਂ ਤਰਸਾਉਣਾ ਬਰਫੀ ਕੋਕੋਨਟ ਵਾਲੀ ਹਾਂਜੀ ਉਹ ਨਹੀਂ ਹੋਊਗੀ ਉਹ ਤੁਹਾਡਾ ਭਲਾ ਹੋ ਜੇ ਯਾਰ ਮੈਂ ਲੈ ਲਿਆ ਚਮਚਮ ਅਤੇ ਇੱਕ ਨਾਲ ਮੰਮੀ ਜੀ ਕੋਈ ਪੇਠਾ ਲੈ ਲਿਆ ਅਤੇ ਹੁਣ ਲੈ ਕੇ ਅਤੇ ਚੱਲੀ ਹਾਂ ਮੈਂ ਦਿਲ ਕੀਤਾ ਕਹਿੰਦੇ ਕੋਈ ਖਾਈਏ ਮੈਂ ਕਿਹਾ ਚਲੋ ਮੈਂ ਲੈ ਆਉਂਦਾ ਹੁਕਮ ਕਰੋ ਅਤੇ ਕਹਿੰਦੇ ਆਹ ਚੀਜ਼ ਖਾਣੀ ਹੈ ਮੈਂ ਅਸਲ 'ਚ ਲੈਣ ਗਿਆ ਸੀ ਕੋਕੋਨਟ ਵਾਲੀ ਬਰਫੀ ਉਹ ਮਿਲੀ ਨਹੀਂ ਫਿਰ ਚਮਚਮ ਲੈ ਆਇਆ ਬਸ ਇਹਦੇ ਵਿੱਚ ਨਾ ਤੇਜ਼ਾਬ ਪਾ ਕੇ ਪੈਪਾਂ 'ਚ ਕੁਝ ਵਿੱਚ ਪਾਇਆ ਕੀ ਮੈਨੂੰ ਉਹ ਨੀਲਾ ਜਿਹਾ ਕੀ ਜਾਂਦੇ ਉਹਦਾ ਨਾਂ ਨਹੀਂ ਅਤੇ ਵੇਖੋ ਪਾਣੀ ਕਿੰਨਾ ਗੰਦਾ ਇਹ ਤਾਂ ਕੋਠੇ ਆ ਹੇਠਾਂ ਵੀ ਆਹ ਧੋਈ ਪਈ ਜੱਤ ਕਾਲਾ ਸਾਹ ਵੇਖੋ ਪਾਣੀ ਅਤੇ ਖਪਣ ਡਿਆਂ ਦੋ ਢਾਈ ਘੰਟੇ ਹੋ ਗਏ ਪਹੁੰਚ ਗਏ ਘਰੇ ਆਪਾਂ ਹੁਣ ਉਹਨੇ ਚੀਜ਼ੀ ਖਾਣੀ ਆ ਮੰਮੀ ਖਾਂਦੇ ਨੀ ਗਰੋ ਭਾਈ ਸ਼ੂਗਰ ਅੱਗੇ ਬੜੀ ਆ ਕਰੀਮ ਜੀ ਤੋਂ ਲਾ ਖਾ ਚੜੇ ਦਾ ਲੰਡਾ ਜਿਹਾ ਕਰਕੇ ਸੁੱਟਦਾ ਪੀਸ ਨਹੀਂ ਖਾਣੀ ਇਹਨੇ ਯਾਰ ਥੂ ਕਰ ਦੇਣਾ ਇਹਨੇ ਮਿੱਠਾ ਹੁੰਦਾ ਉਹਦੇ ਨਾਲ ਨਰਮ ਜਾ ਲੈਂਦੇ ਆ ਕੇ ਮਿੱਠੇ ਨਾਲ ਇਹਨੇ ਖਰਾਬ ਹੋ ਜਾਂਦੇ ਬਸ ਇਹ ਦੇ ਦਿਓ ਹੋਰ ਝੂਟੇ ਖਾਣ ਕੇ ਬਸ ਕਰੋ ਬੰਦਾ ਥੱਕ ਜਾਂਦਾ ਹੋਵੇ
ਬਸ ਮੈਂ ਥੱਕ ਗਿਆ ਹੁਣ ਇਹਨੇ 12 ਵਜੇ ਹੋਣੀ ਹੁੰਦੀ ਸੌਣਾ ਇਹਨੇ ਇੱਥੇ ਉੱਠ ਖਲੋਤੀ ਹੈ ਨਾ ਕਿੰਨੀ ਖੁਸ਼ ਹੁੰਦੀ ਮੈਂ ਕਿਹਾ ਭੁੱਖ ਲੱਗ ਗਈ ਆ ਦੋ ਦੋ ਫੁਲਕੇ ਖਾ ਲਈਏ ਆ ਗਰਮ ਕਰਨ ਦੀ ਸਬਜ਼ੀ ਸਬਜ਼ੀ ਗਰਮ ਕਰਨ ਦੀ ਆਹੋ ਯਾਰ ਆਹ ਮਿਕਸ ਸਬਜ਼ੀ ਖਾਵਾਂਗੇ ਕਿ ਮੰਮੀ ਨੇ ਬਣਾਈ ਚੱਲ ਗਾਜਰਾਂ ਦੀ ਨਾ ਅੱਜ ਗਾਜਰਾਂ ਨਵੀਆਂ ਕਰ ਲਈਆਂ ਕੀ ਆਂਦੀ ਕਿੱਥੇ ਜਾਣਾ ਆ ਜਰਾਬਾਂ ਕਰਨ ਪਾਉਣੀਆਂ ਲੈ 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 ਮਗਰ ਮਗਰ ਮੰਮੀ ਨੇ ਨੀਂਦ ਨਹੀਂ ਆਈ ਧੀ ਨੂੰ ਨਹੀਂ ਆਈ ਨੀਂਦ ਹਾਂ ਚੱਲ ਸੋਈਏ ਸੋਹਣਾ ਆ ਉੱਠੀਆਂ ਲਾ ਲਈਆਂ ਐਨਕਾਂ ਬਹੁਤ ਸਿੱਧੀਆਂ ਲਾਓ ਹਾਂ ਸਿੱਧੀਆਂ ਲਾਓ ਸੰਦੀਪ ਕਰਨ ਡੀ ਪਾਠ ਅਤੇ ਫਿਰ ਮੈਂ 2 ਮਿੰਟ ਲੱਗ ਕੇ ਬਹਿ ਗਿਆ ਮੈਂ ਚੱਲ ਬਹਿ ਜਾਂਦੇ ਇਕੱਲੀ ਬੈਠੀ ਅਤੇ ਹੁਣ ਫਰੀ ਹੋ ਗਈ ਆ ਹੁਣ ਨਹੀਂ ਠੰਡ ਲੱਗਣ ਦੀ ਬੜੀ ਤੇਜ਼ ਛੱਡਿਆ ਪੱਖਾ ਹੈ ਉਦੋਂ ਹਰਗਨ ਨੂੰ ਉਠਾਲਤਾ ਅਤੇ ਹੁਣ ਜੋ ਹਾਂਜੀ ਆਪ ਡੈਡੀ ਸੌਂ ਗਏ ਵੀ ਕਮਾਲ ਹੋ ਗਈ ਕਹਾਂ ਉੱਠੋ ਹੁਣ ਧੀ ਨੂੰ ਅੱਗੇ ਉਠਾਲਤਾ ਹੈ ਕਹਾਂ ਉੱਠੋ ਦਾਦਾ ਉੱਠੋ ਦਾਦਾ ਉੱਠੋ ਹੁਣ ਇੰਨੇ ਪਤਾ ਨਹੀਂ ਕਿੰਨੇ ਵਜੇ ਸੌਣਾ ਟਾਈਮ ਹੋ ਗਿਆ ਜੀ ਉੱਧਰ 11 ਵੱਜ ਕੇ ਅਤੇ 10 ਮਿੰਟ 15 ਮਿੰਟ ਹੋ ਗਏ ਸਵਾ ਗਿਆਰਾਂ ਹੋ ਗਏ ਚਲ ਨਿੰਨੀ ਗੱਲ ਨਾ ਸੌਂ ਚੱਲੀ ਬਿੱਲੀ ਨੇ ਆ ਜਾਣਾ ਹੀ ਸੌਂ ਜਾ ਆ ਬਿੱਲੀ ਆਈ ਜਰਾ ਆਈ ਜਰਾ ਆਈ 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 ਜਰਾ ਛੇਤੀ ਆਈ ਲੈ ਸਵਾਲ ਲਾ ਹੁਣ ਬਿੱਲੀ ਆਈ ਆਈ ਚਲੋ ਠੀਕ ਆ ਜੀ ਤੁਹਾਨੂੰ ਅੱਜ ਦਾ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦਾ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ